ਸਰਦਾਰ ਜੀ ਏਡਾ ਬੰਦੇ ਨੀ ਮਾਰੀ ਦੇ ਜਿੱਦਾਂ ਇਹਨੇ ਬੰਦੇ ਮਾਰਦੇ ਹੋਏ ਇਹ ਜੱਟ ਦੇ ਬੰਦੇ। ਜ਼ਮੀਨ ਚੋਂ ਬਿਜਲੀ ਦੀ ਤਾਰ ਕੱਢਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਤੇ ਇੱਕ ਧਿਰ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੇ ਗਈ ਹੈ। ਦੱਸਦੀ ਹੈ ਕਿ 40 ਸਾਲ ਦੇ ਸਤਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਤੇ ਸਿਰਫ ਬਿਜਲੀ ਦਾ ਖੰਭਾ ਲਾਉਣ ਨੂੰ ਲੈ ਕੇ ਇਹ ਵਿਵਾਦ ਵਧਿਆ ਸੀ। ਵਿਵਾਦ ਤੋਂ ਬਾਅਦ ਦੋਹਾਂ ਧਿਰਾਂ ਦੇ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਇਹਨਾਂ ਦੋਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਤੋਂ ਹੀ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤਾਂ ਹੁਣ 12 ਸਾਲ ਦੇ ਬੱਚੇ ਤੋਂ ਉਸਦਾ ਪਿਤਾ ਖੋਲ੍ਹਿਆ ਹੈ ਤੇ ਪਤਨੀ ਵਿਧਵਾ ਹੋ ਗਈ ਹੈ। ਦੱਸਦੀ ਹੈ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਅੰਮ੍ਰਿਤਪਾਲ ਸਿੰਘ ਨਾਂ ਦੇ ਸ਼ਖਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਤੇ ਮ੍ਰਿਤਕ ਦੀ ਪਹਿਚਾਣ 40 ਸਾਲ ਦੇ ਸਤਬੀਰ ਸਿੰਘ ਵਜੋਂ ਹੋਈ ਹੈ। ਤਰਨ ਤਾਰਨ ਦਾ ਹਲਕਾ ਖਡੂਰ ਸਾਹਿਬ ਹੈ ਜਿੱਥੋਂ ਦਾ ਪਿੰਡ ਹੈ ਮੁੰਡਾ ਪਿੰਡ, ਜਿੱਥੇ ਜ਼ਮੀਨੀ ਝਗੜੇ ਦੇ ਕਾਰਨ ਇੱਕ ਵਿਅਕਤੀ ਦੀ ਜਾਨ ਲੈ ਲਈ ਗਈ ਹੈ, ਕਤਲ ਕਰ ਦਿੱਤਾ ਗਿਆ। ਦੱਸਿਆ ਇਹੀ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਇਸ ਪਰਿਵਾਰ ਦਾ ਆਪਸ ਦੇ ਵਿੱਚ ਜ਼ਮੀਨ ਦਾ ਵਿਵਾਦ ਸੀ ਤੇ ਹੁਣ ਜਦੋਂ ਬਿਜਲੀ ਵਿਭਾਗ ਦੇ ਕਰਮਚਾਰੀ ਬਿਜਲੀ ਦਾ ਖੰਭਾ ਲਾਉਣ ਲਈ ਆਏ ਬਿਜਲੀ ਦੀ ਤਾਰ ਕੱਢਣ ਲਈ ਤਾਂ ਮੁੜ ਤੋਂ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਇੱਕ ਧਿਰ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ 40 ਸਾਲ ਦੇ ਸਤਬੀਰ ਸਿੰਘ ਦੀ ਮੌਤ ਹੋ ਗਈ ਜਦਕਿ ਉਸਦਾ ਭਰਾ ਜ਼ਖਮੀ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਬਾਕੀਆਂ ਦੀ ਗ੍ਰਿਫਤਾਰੀ ਵੀ ਜਲਦੀ ਹੀ ਕਰ ਲਈ ਜਾਵੇਗੀ। ਮੇਰੇ ਕੋਲ ਵੀਰ ਸਾਰਾ ਦਿਨ ਅਗਲੇ ਦਿਨ ਰਿਹਾ, ਮੈਂ ਦਰਬਾਰ ਸਾਹਿਬ ਗਿਆ, ਮੇਰਾ ਵੀਰ ਗੁਰੂ ਘਰ ਨੂੰ ਮੰਨਣ ਵਾਲਾ, ਮੈਨੂੰ ਇਨਸਾਫ ਮਿਲਣਾ ਚਾਹੀਦਾ, ਇਹਦਾ ਸਾਰਾ ਟੱਬਰ ਅੰਦਰ ਚਾਹੀਦਾ, ਮੇਰੇ ਵੀਰ ਦਾ ਇਨਸਾਫ ਚਾਹੀਦਾ ਮੈਨੂੰ, ਮੇਰਾ ਨਿਕਾ ਜਾ ਭਤੀਜਾ, ਮੇਰਾ ਬੁੱਢਾ ਮਾਂ ਪਿਓ, ਮੇਰੀ ਗਰੀਬਣੀ ਭਰਜਾਈ, ਦੁਖੀ ਪੇਕਿਆਂ ਤੋਂ। ਹਾਂਜੀ ਦੱਸੀ ਆ, ਬਸ ਮੈਂ ਆਪਣੀ ਮੰਮੀ ਨੂੰ ਫੋਨ ਕੀਤਾ, ਵੀਰ ਕੀ ਕਰਦੇ ਆ, ਕਹਿੰਦੇ ਵੀ ਰੂੜੀ ਪਾਉਣ ਗਏ ਆਪਣੀ ਪੈਲੀ ਚ, ਆਪਣੀ ਪੈਲੀ ਚ ਵੀਰ ਟਰੈਕਟਰ ਟਰਾਲੀ ਚ ਰੂੜੀ ਪਾਉਣ ਗਏ, ਉੱਥੇ ਹੀ ਵੀਰਾਂ ਨੂੰ ਟਾਲਿਆ ਇਹਨੇ, ਇਹਨੇ ਵੀ ਟਾਲਿਆ, ਮੇਰੇ ਵੀਰ ਤੇ ਖਾਲੀ ਹੱਥ ਬਹਿ, ਜੱਟ ਬਦੋ ਬਦੀ ਮੱਲਾਂ ਮਾਰਦਾ, ਮੇਰੇ ਮੁੰਡੇ ਦਿੱਲੀ ਰਹਿੰਦੇ ਆ ਤੇ ਦਿੱਲੀਓ ਆਣ ਕੇ ਵਿਚਾਰੇ ਗੱਡੀਆਂ ਦੇ ਕਿਤੇ 6 ਮਹੀਨੇ ਆਉਂਦੇ ਪੈਲੀ ਮੈਂ ਠੇਕੇ ਤੇ ਦਿੰਦਾ, 2 ਕਿੱਲੇ ਮੈਂ ਕਿੱਲਾ ਰੱਖਦਾ ਵਾ, ਆਪਦੀ ਨੂੰਹ ਰੱਖਦਾ ਕੋਲ, ਧੀਆਂ ਪੁੱਤ ਪੁੱਤ ਪੁੱਤਰੇ ਪੜਾਉਣਾ। ਇਹਨੇ ਜਵਾਨ ਨੇ ਮੱਲ ਮਾਰਨ ਦੀ ਕੋਸ਼ਿਸ਼ ਅਸਲ ਤੇ ਕੀਤੀ ਸਾਰੀ, ਵੀ ਮੈਂ ਮੱਲ ਮਾਰ ਲਵਾਂ। ਇਹਨੇ ਜੋ ਇਥੋਂ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਰਫਲਾਂ ਰੱਖਣ ਦਾ ਪ੍ਰੋਗਰਾਮ, ਪਿਸਤੌਲ ਤੇ ਰਫਲਾਂ ਇਹਨੇ ਆਪਦੇ ਘਰ ਪਹਿਲਾਂ ਰੱਖੀਆਂ, ਇਹਨੇ ਭਲਾ ਵੀ ਇਹਨੇ ਕਿਸ ਤਰ੍ਹਾਂ ਇਹਨੇ ਕਿੱਥੋਂ ਰੱਖ ਲਈਆਂ ਤੇ ਕੀ। ਜਦੋਂ ਅਸੀਂ ਇੱਥੋਂ ਗਏ ਮੈਨੂੰ ਇਹ ਮੁੰਡੇ ਨੇ ਆਣ ਕੇ ਵਿਚਾਰੇ ਨੇ ਇੱਕ ਨੇ ਦੱਸਿਆ, ਆਂਦਾ ਤੇਰੇ ਮੁੰਡੇ ਮਾਰਤੇ ਉਹ ਗੋਲੀਆਂ ਮਾਰ ਕੇ ਉਹਨੇ ਮੁੰਡੇ ਨੇ, ਉਹਨੇ ਪਤਾ ਮੈਂ ਇਥੋਂ ਭੱਜਾਂ, ਮੇਰੇ ਹੱਥ ਚ ਵੀ ਸਰਦਾਰ ਜੀ ਦੋਵੇਂ ਇੱਟੇ ਹੀ ਆਏ ਆ, ਮੈਂ ਇੱਟੇ ਆਇਆ ਰੁਗ ਮਾਰੇ ਉਹਦੇ ਬੂਹਿਆਂ ਨੂੰ ਤੇ ਉਹ ਇੱਟੇ ਮਾਰ ਕੇ ਤੇ ਉਹ ਬੂਹੇ ਮੰਦ ਕਰਕੇ ਮਗਰ ਦੀ ਮੁੜ ਕੇ ਗਏ, ਦੋਵੇਂ ਜਾਣੇ ਨਿਕਲੇ, ਤਿੰਨੇ ਪਿਓ ਪਗੜੀ, ਤਿੰਨੇ ਪਿਓ ਪੁੱਤ, ਮਗਰ ਦੀ ਬੂਹਾ ਮਗਰ ਸੀ ਬੂਹਾ ਆਪ ਦੀ ਕੋਠੀ ਦਾ, ਉਦੋਂ ਜਦੋਂ ਨਿਕਲੇ ਮੁੜ ਕੇ ਤੇ ਫੇਰ ਆ ਗਏ ਰਾਤ, ਫੇਰ ਘਰੇ ਹੀ ਅਜੇ ਤੱਕ। ਗੱਲ ਇਹ ਹੋਈ ਕਿ ਸਾਡੀ ਪੈਲੀ ਸਾਡੀ ਆ ਤੇ ਇਹ ਉਹਦੇ ਤੇ ਨਿਆਕ ਕਬਜ਼ੇ ਕਰਦਾ ਵਾ, ਸਾਰਾ ਪਿੰਡ ਦੁਖੀ ਰਿਹਾ ਇੱਥੋਂ,
ਇਹ ਕਿਸੇ ਨੂੰ ਪਿੰਡ ਜੀ ਨਹੀਂ ਦਿੰਦਾ, ਇਹਨੇ ਸਾਡਾ ਜੀਣਾ ਆਰਾਮ ਕੀਤਾ। ਕਹਿੰਦਾ ਕਿਸੇ ਪੈਲੀ ਵਿੱਚ ਆਉਂਦਾ, ਕਹਿੰਦਾ ਕਿਸੇ ਪੈਲੀ ਤੋਂ ਕਹਿੰਦਾ ਵਾ, ਇਹਨੇ ਆਉਂਦਾ ਤੁਹਾਡਾ ਸਾਰਾ ਟੱਬਰ ਮਕਾਉਣਾ ਹੈ। ਉੱਥੇ ਮੇਰਾ ਘਰ ਵਾਲਾ ਗਿਆ ਹੈ, ਰੂੜੀ ਪਾਉਣ ਗਿਆ ਹੈ, ਪਹਿਲਾਂ ਪੈਲੀ ਬਣਾਉਂਦੇ ਰਹੇ ਆ, ਰੂਟਾਵੇਟਰ ਖੇਡਦੇ ਰਹੇ ਆ, ਇਹ ਆਉਂਦਾ ਮੈਂ ਖੰਭਾ ਕੱਢਣਾ ਇੱਥੇ। 27 ਕਨਾਲ ਪੈਲੀ ਮੇਰੀ ਆ, ਜਿਹੜਾ ਕਿ ਸਾਡੀ ਪੈਲੀ 30-70 ਸਾਲ ਪਹਿਲਾਂ ਵਾਹੁਣ ਡਏ ਹਾਂ। ਇਹਨੇ ਬੰਦੇ ਨੇ ਸਾਡਾ ਜੀਣਾ ਆਰਾਮ ਕਰਿਆ, ਕਰ ਵੱਟਾਂ ਵੱਢ ਲੈਂਦਾ, ਕਰ ਕੁਛ ਕਰਦਾ ਹੈ। ਇਹਦੀ ਨੂੰਹ ਇਹਦੇ ਵਿੱਚੇ ਨੂੰਹਾਂ ਦੋਵੇਂ ਸਰਬਜੀਤ ਪ੍ਰਵੀਨ ਦੇ ਵਿੱਚ ਦੋਵੇਂ ਉਹ ਲੜਕਾਰਾ ਮਾਰਿਆ ਉਹਨਾਂ ਨੇ, ਉਹਦਾ ਘਰ ਵਾਲਾ ਅੰਮ੍ਰਿਤਪਾਲ ਆ, ਉਹਨੇ ਗੋਲੀ ਮਾਰੀ ਮੇਰੇ ਘਰ ਵਾਲੇ ਦੇ। ਦੂਜੇ ਮੁੰਡੇ ਰਵਿੰਦਰ ਪਾਲ ਨੇ, ਉਹਨੇ ਰਗੰਦਾਸੀ ਮਾਰੀ ਸਿਰ ਦੇ ਵਿੱਚ। ਤੇ ਪਿਓ ਦੇ ਨੇ ਫੜ ਕੇ ਡੰਡਿਆਂ ਨਾਲ ਕੁੱਟਿਆ ਵਾ ਇਹਨਾਂ ਨੇ। ਤੇ ਮੇਰਾ ਜੇਠ ਬਲਬੀਰ ਨੂੰ ਵੀ ਉਹਨਾਂ ਨੇ ਗੰਭੀਰ ਹਾਲਤ ਵਿੱਚ ਮੁਰਦਾ ਛੱਡ ਕੇ ਗਏ ਆ, ਉਹ ਵੀ ਸੀਰੀਅਸ। ਹਾਂਜੀ, ਮੇਰੇ ਹਸਬੈਂਡ ਸਤਬੀਰ ਸਿੰਘ ਦੀ ਡੈਥ ਹੋ ਚੁੱਕੀ ਆ, ਜੋ ਕਿ 40 ਸਾਲ ਦੇ ਨੇ। ਤੇ ਮੈਂ ਇਹੀ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ, ਤੇ ਜੋ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਉਹ ਕੀਤੀ ਜਾਵੇ। ਪੁੱਤ ਪਹਿਲਾਂ ਵੀ ਧਮਕੀਆਂ ਦਿੰਦਾ ਸੀ, ਮੇਰੇ ਪੁੱਤ ਦਿੱਲੀ ਰਹਿੰਦੇ ਆ, ਧਮਕੀਆਂ ਦਿੰਦਾ ਮੇਰੀ ਪੈਰੀ ਆ, ਮੇਰਾ ਫਲਾਨੀ ਆ ਵੀ ਆ, ਧਮਕੀਆਂ ਦਿੰਦਾ ਠਾਣੇ ਗਏ ਆ, ਦਰਖਾਸਤ ਦਿੱਤੀ ਆ। ਫਿਰ ਪੁੱਤ ਚੱਲ ਆਏ, ਕੋਈ ਗੱਲ ਨੀ ਹੋਈ, ਰੂੜੀ ਪਾਉਣ ਗਏ ਮੇਰੇ ਪੁੱਤ ਨੂੰ, ਉਹ ਨੱਖਾ ਨੱਖੇ ਦਾ ਦੂਜੇ ਦੋਵੇਂ ਮੁੰਡੇ, ਇੱਕ ਵੱਡੀ ਨੂੰਹ, ਉਹ ਚਲੇ ਗਏ, ਨੂੰਹ ਲਲਕਾਰਦੇ ਆ, ਉਹ ਮਾਰਦੇ ਆ ਮੇਰੇ ਸੱਤ ਪੁੱਤ ਨੂੰ, ਉਹਨਾਂ ਗੋਲੀ ਲਾਈ ਆ, ਵੱਡੇ ਦੇ ਦਫ਼ਤਰ ਮਾਰੇ। ਹਾਂਜੀ, ਸਾਨੂੰ ਕੋਈ ਪਤਾ ਨੀ, ਇੱਥੇ ਭੱਜੀਆਂ ਗੰਗਾਂ ਜਾਂਦਿਆਂ ਨੂੰ ਮੁਕਾ ਦਿੱਤਾ। ਝਗੜਾ ਅੱਜ ਕੱਲ ਕੋਈ ਨੀ ਹੋਇਆ, ਪਹਿਲਾਂ ਮਾੜਾ ਜਿਹਾ ਪੈਰੀ ਦਾ ਸੀ, ਕੱਲ ਖੰਭਾ ਰੱਖਣ ਲੱਗੇ, ਖੰਭਾ ਮੇਰੀ ਪੈਰੀ, ਤੁਹਾਨੂੰ ਆਪਣੀ ਪੈਰੀ ਕਰਨਾ ਪੈਣਾ, ਪੈਰੀ ਆਪ ਹੀ ਚੋਈ ਆ। ਗੋਲੇ ਰੱਖੇ ਨੇ ਮੁੰਡੇ ਨੇ, ਵੱਡੇ ਨੇ ਅੰਮ੍ਰਿਤ ਨੇ ਗੋਲੀ ਚਲਾਈ ਆ, ਨਿੱਕੇ ਨੇ ਵੀ ਲਲਕਾਰਦੇ ਆ, ਵੱਡੀ ਨਾਂ ਆਉਂਦੀ ਆ, ਸਰਬਜੀਤ ਦਾ ਨਾਂ ਆਉਂਦੀ ਮਾਰ ਕੇ। ਇਹਦੇ ਚ ਨਾ ਜੀ, ਮੁੰਡੇ ਪਿੰਡ ਚ ਦੋ ਪਾਰਟੀਆਂ ਦਾ ਆਪਸ ਚ ਜ਼ਮੀਨ ਨੂੰ ਲੈ ਕੇ, ਇੱਕ ਪਾਰਟੀ ਨੇ ਜ਼ਮੀਨ ਵੇਚੀ ਸੀਗੀ ਤੇ ਦੂਜੇ ਦਾ ਘਰ ਨੇੜੇ ਲੱਗਦੀ ਸੀ, ਤੇ ਉਹ ਕੋਈ ਨੰਬਰਾਂ ਦਾ ਰੌਲਾ ਸੀਗਾ ਪਹਿਲੇ ਕਾਫੀ ਦੇਰ ਤੋਂ ਇਹਨਾਂ ਦਾ ਸੀਗਾ ਖਹਿਵਾ ਜੀ, ਬਟ ਉਹ ਸੈਟਲ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਕੱਲ੍ਹ ਕਿਤੇ ਕੋਈ ਬਿਜਲੀ ਵਾਲੇ ਤਾਰ ਤੂਰ ਪਾਉਣ ਆਏ ਸੀ, ਤਾਂ ਉਹ ਉਸ ਗੱਲ ਤੋਂ ਇਹ ਬਹਿਸ ਪਏ ਕਿ ਤਾਰ ਜਿਹੜੀ ਹੈ ਤੁਹਾਡੀ ਜ਼ਮੀਨ 'ਚੋਂ ਜਾਣੀ ਚਾਹੀਦੀ ਹੈ, ਉਹ ਬਿਜਲੀ ਵਾਲੇ ਇਹਦੀ ਜ਼ਮੀਨ 'ਚੋਂ ਕੱਢਦੇ ਸੀਗੇ ਜਿਹਨੇ ਕਤਲ ਕੀਤਾ। ਅਤੇ ਉਹ ਇਹਦੇ 'ਚ ਫਿਰ ਉਹਨਾਂ ਦੇ ਤਕਰਾਰਬਾਜ਼ੀ ਵੱਧ ਗਈ, ਵੱਧਦੇ ਵੱਧਦੇ ਜਿਹੜੇ ਮੁੰਡੇ ਪਿੰਡ ਦਾ ਆਪਣੇ ਹੈਗੇ ਆ ਜੀ ਲੱਖੂ ਪੁੱਤਰ ਸਾਧਾ ਸਿੰਘ, ਇਹਨਾਂ ਨੇ ਜਿਹੜਾ ਨਾਲ ਆਪਣੇ ਇਹਦੇ ਮੁੰਡੇ ਸੀਗੇ ਦੋ, ਉਹਨਾਂ ਨਾਲ ਗੋਲੀਆਂ ਚਲਾਈਆਂ, ਇੱਕ 315 ਬੋਰ ਸੀਗੀ, ਇੱਕ ਇਹਨਾਂ ਕੋਲ ਰਿਵਾਲਵਰ ਸੀਗੀ, ਔਰ ਇੱਕ ਜਣੇ ਦੀ ਡੈਥ ਹੋ ਗਈ ਅਤੇ ਇੱਕ ਦੋ ਜਣੇ ਜ਼ਖਮੀ ਹੈ ਇਹਦੇ 'ਚ, ਜਿਹਦੇ 'ਚ ਇੱਕ ਇਹਨਾਂ ਦਾ ਮੁੰਡਾ ਆਪਣਾ ਜ਼ਖਮੀ ਹੈ। ਉਸ 'ਚ 302 ਦਾ ਪਰਚਾ ਦੇ ਕੇ ਇਹਨਾਂ ਨੂੰ ਮੌਕੇ 'ਤੇ ਜਿਹੜੇ ਮੇਨ ਲੱਖੂ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅਤੇ ਦੋਨੋਂ ਵੈਪਨ ਜਿਹੜੇ ਕ੍ਰਾਈਮ 'ਚ ਯੂਜ਼ ਹੋਏ ਸੀਗੇ ਉਹ ਰਿਕਵਰ ਹੋਏ।